يا رب الحسين بحق الحسين عليه السلام اشف صدر الحسين بظهور امام زمانه اللهم صل على محمد وعلى محمد نعرہ تکبیر نعرہ رسالت نعرہ حیدری ایک ترکھی ترکھی صلوات پڑھیا ہے بھائی یہ کچھ پتہ کرنا ہی بھائی میں مٹھ ہویا کھلا مطلب تساں ترکھی ہو وہ تساں مجروئی اگاں ٹر گئے ہو ترکھی سلوات اس واسطے نہیں پڑھائی جو ٹائم کوئی نہ آئی بے بندیاں دی سستی تیزی چیک کرن کان ہن اچھی پڑھو پتہ لگے چوکھا بلار لئی بیٹھے ہو میں تیرے دور میں ہوتا جو حسین ابن علی سب سے پہلے تیرے انکار کو سجدہ کرتا پہلے تو گل ہے بھی میں ساری رات دا جاگے ہویا میں کوشش کرے نہ راتی مجلس نہ رہی رات میں پکڑے چائے ہویا منہ ایک مرحوم ذاکر جوان دی مجلس آئی تے دا دا ٹائم دے تے چار بجے تائیں بہائی رکھے نے راتی کچھ ہوش چاں کچھ بے ہوشاں تے جیڑے ٹائم تے اٹھایا نے کچھ ادھا اس چی بے ہوشاں نال مڑ سارا شریکہ لا دیتا نے میرا بے سورج جو سر نال کام کرن ہوے او کے کرے سی بھائی ہی کر سکنا یا تواڑے نال لڑ پوساں او مینوں ول نہیں امدا چلو حسین کی مجلس میں آج بھی یزداں بہشت بانٹ رہا ہے حسین کے صدقے کچھ بندیاں دا ذہن ہے بندیاں نوں مرن تو بعد محشر چ اٹھی سن تے جنت لبسی جنتیاں نال گل کر رہا جڑے بندے لوک لوک کے ملکاں تے غاراں چ ونج وڑدے ن جنتی بنن کان انہاں نوں سستا سودا دسے نا جنتی بنن دا چلو حسین کی مجلس میں آج بھی یزداں بہشت بانٹ رہا ہے حسین کے صدقے گلے لگا کے کہا ہور سے پاک غازی نے تو میری زد سے بچا ہے حسین کے صدقے دین دسنا شروع کرائے مکنا ہی نہیں بس ہادی کوئی لایا جدی محبت بخشش ہوئے کوئی ہادی لایا جدی غم وچ رونا سبب جنت ہوئے سارے شیعہ ہومن دیاں چاند مجبوریاں ایک تاساں کہیں اڈے تو ہادی نہیں لے بھائی سرگوتے والے حفظ آباد والے سائی وال والے رل کے دو چار بنایو من چبوٹا نال سانو کوئی ہو جی ہادی نہیں لدا اسا پہلا ہادی وہ لیا ہے جیڑا کعبے دے اندر آیا ہے چھیکڑی ہادی وہ لینا ہے جے کعبے دی چھت تے آونا ہے ہت ہت کر باسے تے مڑ میں نہیں پڑھ لینا جیڑا پہلا آیا ہے وہی اللہ مالا جیڑا چھیکڑی آمنا ہے وہ بھی اللہ مالا پہلا محمد تے او دا دین بچیندا رہیا ہے جے آخری آمنا ہے اس باطل بھجا کے حق دسنا ہے بس کرائیں ہن مٹھے ہی پائے ونجائیں
ਜ਼ਾਕਰਾਂ ਨੂੰ ਇਹ ਬੜੀ ਤਰਜ਼ ਆਉਂਦੀ ਹੈ, ਮੈਂ ਕੋਈ ਮਰਨਾ? ਬੰਦਾ ਮੱਠਾ ਮੱਠਾ ਤੁਰਿਆ ਰਹੇ, ਆਪਣਾ ਕੰਮ ਕਰ ਲਏ ਅਤੇ ਪਿਛਲਿਆਂ ਨੂੰ ਬਿਸਤਰੇ 'ਚ ਬੰਦ ਕਰੇ ਦਾ ਵਗ ਵਜੇ। ਇਹ ਜ਼ਾਕਰੀ ਇਹ ਜੋ ਜਗਾ ਕੇ ਜੀਵਾ ਤੇ ਬੰਦੇ ਦਿਓ, ਤੁਹਾਡੇ ਬਾਅਦ ਹੀ ਕੋਈ ਪੜੇ। ਖੁਸ਼ਕਿਸਮਤ ਜੇ ਅਲੀ ਇਮਾਮ ਈ ਜਿਲ ਉਲਮਾ ਕੋਸ਼ਿਸ਼ ਕਰੇਂਦੇ ਨੇ, ਬੰਦੇ ਸਾਰੇ ਪਿੱਛੋਂ ਲੱਗਣ ਤੋਂ ਹਦੀਸਾਂ ਲੱਭ ਲੈਂਦੇ ਨੇ। ਦਮੀ ਨਾਲ ਦੋ ਰਕਾਤ ਨਮਾਜ਼ ਪੜ੍ਹਨ ਲੈ ਵਜ਼ੂ ਕਰਤੇ ਨਿਰਨਿਆ, ਪਿਓ ਦਾ ਮੂੰਹ ਵੇਖਣਾ ਕਾਬਾ ਵੇਖਣ ਦਾ ਸਵਾਬ ਏ। ਜੇਲੇ ਮਿਹਰਬਾਨੀ ਕਰੇਂਦਾ ਏ, ਪਿਓ ਦਾ ਮੂੰਹ ਕਾਬੇ ਆਰ ਚ ਬਣਾਈਂਦਾ ਏ। ਜੇਲੇ ਫਿੱਟ ਵਹੀਂਦਾ ਏ, ਉਸਲੇ ਅਲੀ ਦਾ ਮੂੰਹ ਹੀ ਚੰਗਾ ਨਹੀਂ ਸੁਲਗਦਾ। ਉਹ ਚਿਹਰਾ ਤਾਂ ਅਲੀ ਦਾ ਕਾਬੇ ਰੀਤ ਏ, ਮੈਂ ਪਿਆ ਦਰਜਦੀ ਜੀਵੀ ਅਸਨੈਨ ਦਾ ਬਾਬਾ। ਮੈਂ ਕਿਹਾ ਸਾਰੇ ਹੀ ਬੇਸੁਰੇ ਹੀ ਨਾ ਇਕੱਠੇ ਹੋ ਵਜਾ, ਮੈਂ ਖੁਦਾਉਂ ਹੋਇਆ ਖਲਾ। ਮੈਂ ਕਿਹਾ ਧਿੰਗੀ ਥੋੜੀ ਬਿਰਾ ਅਲੀ ਰਜ਼ਾ ਨੂੰ ਇੱਕ ਤਸੁਰ ਦਿੱਤੀ ਵਜਾ, ਇਹਨਾਂ ਆਖੇ ਜੋ ਸਮਾਂ 'ਤੇ ਲੱਗਾ ਗਿਆ ਰੁਬਾਈ। ਮੈਂ ਪਿਆ ਦਰਜਦ ਜੀਵੀ ਬਾਬਾ, ਸਾਰੇ ਬੋਲੇ ਸੋ ਤਾਂ ਸੁਣਾ ਪੜੀ ਸੀ। ਬੱਚਾ ਨੇ ਫਿਰ ਸੋਨਾ ਕਰਕੇ ਮੈਂ ਪਿਆਦਾ ਹੂੰ ਅਜਦ ਜੀਵੀ। ਬਿਸਮਿਲ੍ਲਾ ਜੀ, ਇਜਾਜ਼ਤ ਦੇ ਭਾਈ। ਜ਼ਾਕਿਰੀਨ ਜਿਹੜੇ ਮਿੰਬਰ 'ਤੇ ਢੇਰ ਹੁੰਦੇ ਨਾ, ਉਹ ਇਹ ਇਤਲਾਹ ਦਿੰਦੇ ਨੇ ਵੀ ਤੁਸੀਂ ਲੰਬਾ ਪੜ੍ਹੋ, ਅਸਾਂ ਸੁਣਨ ਆਇਆ। ਜੁਗੇ ਜ਼ਾਕਿਰਾਂ ਨੂੰ ਕਦੋਂ ਟਾਈਮ ਲੱਗਦਾ ਹੈ ਮਜਲਸਾਂ ਸੁਣਨ ਦਾ? ਇਹਨਾਂ ਸਾਰੀ ਜ਼ਿੰਦਗੀ ਪੜ੍ਹੀਆਂ ਨੇ, ਸੁਣੀਆਂ ਘੱਟ ਨੇ। ਤਾਂ ਚਲੋ ਅੱਜ ਬੜੇ ਬੜੇ ਮੁਫੱਕਰ ਇਕੱਠੇ ਨੇ, ਕਾਈ ਫਿਕਰ ਅੜਾ ਵੇਖੀਏ। ਮਤਲਬ ਸਾਨੂੰ ਹੀ ਘੈਂ ਲਿਆ ਆਖਿਆ ਨੀ ਯਾਰ, ਇਹਨੂੰ ਹੀ ਵੱਲ ਆਉਂਦਾ ਤੇ ਹੋਇਆ ਜੋ ਚੋਰਾਂ ਦਾ ਕੰਮ ਕਰਨਾ। ਅਮੀਰ ਮੌਲਾਦਰ, ਮੈਂ ਰੁਬਾਈ ਵੱਧ ਮੁੱਢੀ ਸ਼ੁਰੂ ਕਰਨੀ, ਉਹ ਜਿਤਨੇ ਤਾਈਂ ਤੁਹਾਨੂੰ ਅਗਲੀਆਂ ਸੁਰਾਂ ਭੁੱਲ ਪਈ ਸਨ ਤੇ ਵੱਧ ਮੁੱਢੀ ਸ਼ੁਰੂ। ਮੌਲਾ ਲਈ ਦਰਵਾਜ਼ੇ ਜੋ ਕਦਮ ਰੱਖਿਆ, ਬੀਬੀ ਬਤੂਲਾ ਖਿਆ ਲਈ ਮੇਰਾ ਦਿਲ ਏ, ਤੁਹਾਡਾ ਚਿਹਰਾ ਦੱਸੇਂਦਾ, ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਹੁਕਮ ਕਰੋ। ਫਰਮਾਇਆ ਮੈਂ ਚਾਹਨਾ ਤੂੰ ਮੰਗ ਮੈਂ ਦੇਵਾਂ। ਬੀਬੀ ਆਦੀ ਇਹ ਸਵਾਲ ਕਰਨ ਦੀ ਚੰਗੀ ਨਹੀਂ ਲੱਗਦੀ, ਮੰਗਦਾ ਉਹ ਜਿਹੜਾ ਆਜਿਜ਼ ਹੋਵੇ, ਪੂਰੀ ਕਾਇਨਾਤ ਦੀ ਤਖਲੀਕ ਦਾ ਸਬਬ ਮੇਰਾ ਪਿਓ ਏ। ਹੇਠ ਹੱਥ ਕਰ ਬੈਣਾ, ਹੇਠ ਹੱਥ ਕਰ ਬੈਣਾ, ਤੂੰ ਤਾਂ ਹੱਥ ਨਹੀਂ ਕਰਨੇ, ਮੈਂ ਤਾਂ ਕੋਈ ਵੇਖ ਲੈ। ਪੂਰੀ ਕਾਇਨਾਤ ਦੀ ਤਖਲੀਕ ਦਾ ਸਬਬ ਮੇਰਾ ਪਿਓ ਏ, ਹਰ ਮੁਸ਼ਕਲ ਕਣ ਮੁਸ਼ਕਲ ਕੁਸ਼ਾ ਮੇਰਾ ਸ਼ੌਹਰ ਏ, ਜੰਨਤ ਦੇ ਸਰਦਾਰਾਂ ਦੀ ਮਾਂ ਹਾਂ। ਯਾ ਅਲੀ ਕਸ਼ਰ ਰਹਿ ਗਈ ਏ ਜਿਹੜੀ ਮੈਂ ਮੰਗਾਂ, ਮੇਰਾ ਦਿਲ ਏ ਸ਼ੌਹਰ ਹੋਣ ਦੇ ਨਾਤੇ ਤੂੰ ਮੰਗੇ ਮੈਂ ਦੇਵਾਂ। ਤਵੱਜੋ, ਮੈਨੂੰ 19 ਸਾਲ ਹੋ ਗਏ ਨੇ ਤੁਹਾਡੀ ਧਰਤੀ ਤੇ ਆਇਆ, ਮੈਂ ਕੋਈ ਬਾਹਰ ਪੜ੍ਹਦਾ ਰਹਿੰਦਾ ਇਥਾਈ ਖਲਾਂ। ਜੇਲੇ ਤੁਸੀਂ ਚੁੱਪ ਕਰਦੇ ਹੋ, ਮੈਨੂੰ ਲੱਗਦਾ ਮੇਰੀ ਮੌਸਮ ਆ ਗਈ ਹੈ ਘਰ ਵੰਜਣ ਦੀ। ਬੰਦਿਆਂ ਬੁੱਢੜਾ ਕੋਈ ਨਹੀਂ ਆਉਣਾ, ਕਿਉਂਕਿ ਇਹ ਕੌਮ ਬੰਦੇ ਨੂੰ ਛੁੜੇਂਦੀ ਉਸੇ ਲਈ ਜਿਹੜੇ ਬੰਦਾ ਬੁੱਢੜਾ ਹੋਵੇ। ਹਾਲਾਂਕਿ ਲਾਇਕ ਪਿਆਰ ਬੰਦਾ ਹੁੰਦਾ ਹੀ ਉਸੇ ਲਈ ਜਿਹੜੇ ਜ਼ਈਫੀ ਆ ਵਜੇ। ਯਾਰ ਮੰਗਦੀ ਚੰਗੀ ਨਹੀਂ ਲੱਗਦੀ,
ਫਰਮਾਇਆ ਮੈਂ ਸ਼ੌਹਰ ਹੋਣ ਦੇ ਨਾਤੇ ਚਾਹਨਾ ਜੋ ਤੂੰ ਮੰਗੇ। ਬੀਬੀ ਅਰੀ ਯਾ ਅਲੀ, ਜੇ ਜ਼ਰੂਰ ਮੰਗਾਂ ਤਾਂ ਕੀ ਮੰਗਾਂ? ਫਰਮਾਇਆ ਇਹੋ ਜਿਹੀ ਸ਼ਾਇ ਮੰਗ ਤਾਰੀਖਾਂ 'ਚ ਲਿਖੀ ਵੇ। ਬੀਬੀ ਦੀ ਯਾ ਅਲੀ, ਐਡੀ ਵੱਡੀ ਸ਼ਾਇ ਨਹੀਂ ਮੰਗਦੀ, ਸ਼ਾਇਦ ਨਹੀਂ ਕੀ ਮੰਗਸਾਂ, ਲਿਖੀ ਸੀ ਤਾਰੀਖਾਂ 'ਚ। ਕੀ ਮੰਗਣੀ ਬੀਬੀ ਅਰੀ? ਇੱਕ ਅਨਾਰ ਮੰਗਾ ਦੇ। ਜਿਹਨੇ ਬੰਦੇ ਦਾਦ ਨਹੀਂ ਦਿੱਤੀ, ਹੱਥ ਜੋੜੀ ਖਲਾਈ ਗੱਲ ਤੇ ਮੇਰੀ ਪਕਾ ਲਓ ਬਈ, ਮੇਰੇ ਮਰਨ ਤੋਂ ਬਾਅਦ ਕੋਈ ਆਖੇ ਬਈ ਇੱਕ ਸੰਬੰਧ ਵਾਣੇ ਲਜ਼ਾਕੇ ਰਾਈ, ਉਹ ਜਿਹੜੇ ਬੰਦਿਆਂ ਨੂੰ ਹੱਥ ਜੋੜ ਕੇ ਆਦਾ ਈ ਬਈ ਜੇ ਅਲੀ ਮਾਂ ਮੋਵੀ ਤਾਂ ਉੱਤਾਂ ਹੱਥ ਕਰਕੇ ਦਾਦ ਦਿੱਤੀ। ਉਹ ਜਿਨ੍ਹਾਂ ਦਾ ਜਿਨ੍ਹਾਂ ਦਾ ਬਿਸਤਰੇ ਚ ਹੱਥ ਕੈ ਉੱਤਾ ਨਹੀਂ ਕੀਤਾ ਉਹ ਮਾਲਕ ਬਣੇ ਵਧਣ ਤੇ, ਜਿਹੜਾ ਰਸੂਲ ਰਿਸਾਲਤ ਬਚਾਵਣ ਕਾਣ ਅਲੀ ਨੂੰ ਹਜ਼ਾਰਾਂ ਦੇ ਮਜਮੇ ਚ ਹੱਥ ਨਹੀਂ ਕਹਿੰਦਾ। ਉੱਤਾ ਹੱਥ ਕਰਕੇ ਦਾਤ ਦਿੱਤੀ। ਮੁਤਮੈਨ ਹੋ ਕੇ ਇਹ ਟੈਨਸ਼ਨਾਂ ਨਾ ਲਈਆਂ ਕਰੋ, ਮੌਲਵੀ ਡਰਾਈਂਦੇ ਤਾਂ ਹੀ ਹਨ ਜੋ ਬੰਦੇ ਗੁਨਾਹ ਨਾ ਕਰਨ, ਨਹੀਂ ਤਾਂ ਅਲੀ ਦੀ ਮੁਹੱਬਤ ਆਦੇ ਹੀ ਬਖਸ਼ਿਸ਼ ਨੂੰ ਹਨ। ਕੋਈ ਨਹੀਂ ਸੁਣਦੇ ਬੈਠੇ, ਕਿਉਂਕਿ ਕੁਰਾਨ ਜਿਹੜੇ ਬੰਦੇ ਇਹ ਪੜ੍ਹਨਾ ਪੜ੍ਹਾਵਣਾ, ਸੁਣਨਾ ਸੁਣਾਵਣਾ, ਪਕਾਵਣਾ ਪਕਵਾਵਣਾ, ਇਹਨਾਂ ਸਮਝਣ ਦੇ ਕੋਸ਼ਿਸ਼ ਕਿਉਂ ਨਹੀਂ ਕੀਤੀ? ਇਹਨਾਂ ਨੂੰ ਪਤਾ ਜੀ ਅਸੀਂ ਕੁਰਾਨ ਸਮਝਣ ਲੱਗੇ ਤਾਂ ਕੁਰਾਨ ਸਾਨੂੰ ਉੱਥੇ ਲੈ ਗਈ ਸੀ ਜਿੱਥੇ ਇਹ ਨਾਜ਼ਿਲ ਹੋਇਆ ਸੀ, ਤੇ ਅਸੀਂ ਮੁੜ ਸਹੀਦਾਂ ਦੇ ਇੱਥੇ ਆ ਗਏ ਸਾਂ। ਬੀਬੀ ਨੇ ਜਦੋਂ ਅਨਾਰ ਤਲਬ ਕੀਤਾ, ਉਸ ਵੇਲੇ ਅਨਾਰ ਦੀ ਮੌਸਮ ਨਾ ਆਈ, ਗੂੰਗੇ ਨੂੰ ਅਖੀ ਵੇ ਨਾ ਚੋਖੇ ਬਹਿਣਾ ਵੀਰਾ, ਉਹ ਜੇ ਤੁਸੀਂ ਗੱਲ ਕੀਤੀ ਹੈ ਮੇਰੇ ਨਾਲ ਨਹੀਂ ਬੁਲੇਂਦੇ ਤਾਂ ਇਸ਼ਾਰਾ ਕਰ ਲਵਾਂ। ਨਹੀਂ, ਜ਼ੁਬਾਨ ਦਿੱਤੀ ਇਸੇ ਵਾਸਤੇ ਗਈ ਹੈ ਜੋ ਇਹ ਜ਼ਿਕਰ ਅਲੀ ਚ ਬੋਲੇ। ਅਨਾਰ ਤਲਬ ਕੀਤਾ, ਅਨਾਰ ਦੀ ਮੌਸਮ ਨਾਈ, ਮੌਸਮ ਨਾਈ, ਮੌਸਮ ਨਾਈ ਅਨਾਰ ਦੀ। ਅਬੁਲ ਅਈਮਾ ਦਰਵਾਜ਼ੇ ਤੋਂ ਬਾਹਰ ਵਿਲਾਇਤ ਦੀ ਨਿਗਾਹ ਨਾਲ ਜ਼ਮਾਨੇ ਤੇ ਡਿੱਠਾ, ਯਮਨ ਦੀ ਇੱਕ ਦੁਕਾਨ ਤੇ ਅਨਾਰ ਨਜ਼ਰ ਆਇਆ, ਜਿਵੇਂ ਨਮਾਜ਼ੀ ਤਸ਼ਹਦ ਨਮਾਜ਼ ਤੋਂ ਬਾਅਦ ਮੁਸੱਲਾ ਲਪੇਟਦੇ ਅਬੂ ਤੁਰਾਬ ਨੇ ਤੁਰਾਬ ਦੀਆਂ ਤਨਾਬਾਂ ਪਕੜ ਕੇ ਕਦਮ ਚਾਇਆ ਦੁਕਾਨਦਾਰ ਦੇ ਬੂਹੇ ਤੇ। ਦੁਕਾਨਦਾਰ ਅਨਾਰ ਉਸ ਮੂੰਹ ਵੇਖ ਕੇ ਅਗਰ ਸੋਹਣੀ ਸੂਰਤ ਵਾਲਿਆ ਮੌਸਮ ਨਹੀਂ, ਫਰਮਾਇਆ ਸੋਚ ਕੇ ਜਵਾਬ ਦੇ ਆਮ ਬੰਦਾ ਮੈਂ ਵੀ ਨਹੀਂ। ਮੈਂ ਤੁਹਾਨੂੰ ਜਵਾਬ ਤੇ ਦੇਵਣਾ ਚਾਹੁੰਦਾ, ਇਹ ਮਜਲਿਸ ਆਪਣੀ ਹੈ, ਜ਼ਾਕਰੀ ਨਹੀਂ ਕਰਨ ਆਇਆ। ਫਿਰ ਸੁਣੋ, ਉਸ ਅੱਖੇ ਕਿੱਥੋਂ ਆਇਓ? ਫਰਮਾਇਆ ਮਦੀਨਾ ਰਸੂਲ। ਉਹ ਬੜਾ ਲੰਬਾ ਪਾਦੇ ਥੱਕੇ ਹੋ? ਫਰਮਾਇਆ ਬਸ ਇਤਨਾ ਹੀ ਵਕਤ ਲੱਗਾ ਤਕਰੀਬਨ, ਅੱਜ ਇਤਨੀ ਦੇਰ ਮੈਂ ਤੇਰੇ ਨਾਲ ਗੱਲ ਕੀਤੀ ਹੈ। ਅੱਖਾਂ ਖੋਲੋ, ਮੈਂ ਗੱਲ ਕਰਾਂ। ਉਹਦੀਆਂ ਅੱਖਾਂ ਖੁੱਲ ਗਈਆਂ ਜਿਵੇਂ ਤੇਰੀਆਂ ਘੁਟੀਂਦੀਆਂ ਪਈਆਂ, ਉਹਦੀਆਂ ਖੁੱਲ ਗਈਆਂ। ਉਸ ਅੱਖੇ ਜੀ ਤੁਹਾਡਾ ਨਾਂ ਕਿ? ਫਰਮਾਇਆ ਅਲੀ। ਅੱਧਾ ਹੀ ਥਾਈ ਰੁਕੋ, ਮੈਂ ਆਉਂਦਾ ਪਿਆ, ਦੌੜ ਦੋਇਆ ਘਰ ਆ ਗਿਆ। ਬੰਦਾ ਪਲਾਸਟਿਕ ਦਾ ਬਣਿਆ ਹੋਇਆ ਮੈਨੂੰ ਦਾਦ ਨਾ ਦੇਵੇ ਤਾਂ ਮੈਂ ਰਾਜ਼ੀ ਹਾਂ, ਗੋਸ਼ਤ ਦਾ ਬਣਿਆ ਹੋਇਆ ਸਿਰ ਉੱਚਾ ਚਾਵੇ ਘਰ ਆ ਗਿਆ। ਬੀਵੀ ਮੁਸੱਲੇ ਤੇ ਤਸਬੀ ਬੈਠੀ ਪੜਦੀ ਹੈ, ਬੀਵੀ ਨੂੰ ਆਉਂਦਾ ਹੈ ਉਹ ਰਾਤੀ ਜਿਹੜਾ ਮੁਸੱਲੇ ਤੇ ਨਾ ਚੈਨੀ ਉਹ ਕਿਹੜਾ ਹੈ? ਉਹ ਸੂਤਾਂ ਨਹੀਂ ਵੇਖਿਆ ਲੱਗਾ, ਤੂੰ ਤਾਂ ਇੰਨੇ ਸੜਦਾ ਰਸੇ ਤੇ ਮੈਂ ਆਪਣੇ ਮੁਰਸ਼ਦ ਦਾ ਨਾਮ ਚਾਈ ਰੱਖ ਸਾਂ। ਉਹਦਾ ਕਿ ਮੇਰਾ ਮੂੰਹ ਵੇਖ ਮੈਂ ਮਰਨ ਆ ਲੋ ਰਿੱਠਾ। ਉਹਦਾ ਕਿ ਤੇਰਾ ਮੂੰਹ ਪੀਲਾ ਕਿਉਂ ਹੈ? ਉਹਦਾ ਕਿ ਬੰਦਾ ਆਇਆ ਮਦੀਨੇ ਚੋਂ,
ਕੀ ਹੋਇਆ ਈ ਉਹ ਬਈ ਥੱਕ ਪਿਓ ਸੀ ਆਦਾ ਤਾਂ ਤਾਂ ਮਰਦਾ ਪਿਆ ਉਹ ਆਦਾ ਇਤਨਾ ਵਕਤ ਲੱਗਾ ਹੈ ਜਿਤਨੀ ਦੇਰ ਮੈਂ ਤੇਰੇ ਨਾਲ ਗੱਲ ਕੀਤੀ ਹੈ ਉਹ ਉੱਠੀ ਖਲੀ ਹੈ ਉਸ ਆਖਿਆ ਆਇਆ ਕਿਉਂ ਆਈ ਅਨਾਰ ਬਦਲ ਲੈਂਦਾ ਸੋਚਣ ਲੱਗੀ ਜਿਹੜੀ ਜ਼ਰੂਰਤ ਨਹੀਂ ਜਿਹਦਾ ਪਦ ਕੀਤਾ ਜਿਵੇਂ ਪਦ ਮੁਕਾਇਸ ਇਹ ਆਮ ਮਖਲੂਕ ਦਾ ਖਾਸਾ ਹੀ ਨਹੀਂ ਉਹਦਾ ਨਾਂ ਤਾਂ ਪੁੱਛ ਲਿਆ ਉਹਦਾ ਕਿਹਾ ਉਹ ਤਾਂ ਹੈ ਜਿਹੜਾ ਰਾਤੀ ਮੁਸੱਲੇ ਤੇ ਚਾਈ ਰੱਖਣੀ ਹੁਣ ਵੇਖ ਪਵੇ ਨਾ ਬਾਦ ਕਿਹੜਾ ਬੰਦਾ ਨਹੀਂ ਦਿੰਦਾ ਉੱਠੀਏ ਅੰਦਰ ਆਈਏ ਅਨਾਰ ਚਾਇਆ ਬੁਰਕਾ ਪਾ ਕੇ ਮਰਦ ਨੂੰ ਆਦੀ ਅੱਗੋਂ ਲੱਗ ਉਸਦਾ ਕਿਹਾ ਕਿਹਦੇ ਉਸੇ ਬੰਦੇ ਦੇ ਉਸਦਾ ਕਿਹਾ ਲੈ ਜਾਣੋ ਤੇਰਾ ਹੈ ਅੱਗੋਂ ਮੈਂ ਲੱਗਾ ਹੋ ਸਕਿਆ ਮੇਰੀ ਮਜਬੂਰੀ ਹੈ ਮੈਂ ਉਸੇ ਦਾ ਦੀਨ ਰੱਖਣੀ ਆ ਉਹਦੇ ਦੀਨ ਚ ਜਿਹੜੀ ਮਰਦ ਦੇ ਅੱਗੂ ਟੁਰੇ ਉਹ ਚੰਗੀ ਨਹੀਂ ਹੋਈ ਹਾਏ ਹਾਏ ਕੀ ਕਰਾਂ ਅੱਜ ਹੀ ਬੰਦੇ ਸੁਸਤ ਬੈਠੇ ਅਨਾਰ ਦਿੱਤਾ ਕਦਮ ਬੋਸੀ ਮਰਦ ਨੂੰ ਰਲਾ ਤੇ ਪਿੱਛੋਂ ਤੁਰੀ ਦੁਆਈ ਲੈ ਕੇ ਪਿਆ ਦੀ ਕਿਹੜਾ ਮਿਹਰਬਾਨ ਹੈ ਬਹਾਨਾ ਅਨਾਰ ਦਾ ਕਰਿੰਦਾ ਹੈ ਆਇਆ ਜ਼ਿਆਰਤ ਕਰਾਵੇ ਸ਼ਾਹ ਮਰਦਾਂ ਗਲੀਆਂ ਮੁੜਦੇ ਗਲੀ ਚ ਬੰਦਾ ਰੋਂਦਾ ਪਿਆ ਮੌਲਾ ਕੋਲ ਆ ਦੇ ਵਹਿ ਰਿਹਾ ਬੰਦਾ ਖੁਦਾ ਕੀ ਹੋਇਆ ਜੀ ਲੱਗਾ ਮਰੀਜ਼ ਹਾਂ ਕੈਸਾ ਲਾ ਇਲਾਜ ਕਿਉਂ ਉਹਦਾ ਕਿ ਮੌਸਮ ਨਹੀਂ ਅਨਾਰ ਲੱਭੇ ਤਾਂ ਜੀਵਾਂ ਅਨਾਰ ਲੱਭਸੀ ਤਾਂ ਸੋਹਣੀ ਸੂਰਤ ਵਾਲਿਆ ਜੇ ਕਦੀ ਅਨਾਰ ਚ ਦੇਵੇ ਨਾ ਮੇਰੇ ਹੁਣ ਦਿਲ ਮਾਈ ਮੱਠਾ ਮੱਠਾ ਪੜਾ ਅਨਾਰ ਲੱਭੇ ਨਾ ਤੇ ਜੀ ਪਵਸਾਂ ਸਰਕਾਰ ਆਸਮਾਨ ਦੇ ਡਿੱਠਾ ਦੋ ਹਿੱਸੇ ਕਰਦੇ ਆਖਿਆ ਇੱਕ ਇਹਨੂੰ ਦੇਣਾ ਇੱਕ ਬਤੂਲ ਨੂੰ ਦੇ ਸਾ ਬਤੂਲ ਹੀ ਰਾਜ਼ੀ ਅੱਲਾ ਦਾ ਮਹਿਮਾਨ ਹੀ ਰਾਜ਼ੀ ਦਾਣ ਤਰੋੜ 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 ਕੇ ਮਰੀਜ਼ ਦੇ ਮੂੰਹ ਚ ਪਾਇਆ ਜਿਹੜੇ ਇੱਕ ਹਿੱਸਾ ਅਨਾਰ ਦਾ ਮੁੱਕ ਗਿਆ ਜਿਵੇਂ ਲੰਬਾ ਪਿਆ ਉੱਠਿਆ ਸੋਹਣੀ ਸੂਰਤ ਆ ਲਿਆ ਕਦੀ ਇਤਨਾ ਹੋਰ ਚਖਵਾਇਆ ਨਾ ਕਿਆ ਸ਼ਾਨ ਤੇਰੇ ਸੁਣਨ ਦੀ ਆ ਜਿਹੜੇ ਹੱਲੇ ਹੀ ਨੇ ਮੌਲਾ ਤੁਹਾਨੂੰ ਜ਼ਾਕਿਰ ਬਣਾਇਆ ਤੇ ਸ਼ਾਲਾ ਪੜੋ ਹੀ ਉੱਥੇ ਜਿੱਥੇ ਸੁਣਨ ਲਈ ਤੁਹਾਡੇ ਰੀਤ ਹੋਣ ਸੋਹਣੀ ਸੂਰਤ ਵਾਲਿਆ ਕਦੀ ਇਤਨਾ ਹੋਰ ਚਖਾਵਾਂ ਹੈ ਨਾ ਦੁਆ ਕਰੇ ਤਾਂ ਲੱਗ ਪਈ ਸਰ ਅਸਮਾਨ ਦੇ ਵੇ ਕਿਤੇ ਮੌਲਾ ਇਹ ਤੇਰਾ ਜੋ ਮੇਰੀ ਹੈ ਮੈਂ ਤੇਰਾ ਰਾਜ਼ੀ ਕਰੇ ਨਾ ਬਤੂਲ ਜਾਣੇ ਤੇ ਤੂੰ ਜਾਣ ਅਨਾਰ ਤਰੋੜ ਤਰੋੜ ਕੇ ਮਰੀਜ਼ ਦੇ ਮੂੰਹ ਚ ਪਾਇਓ ਉੱਠੀ ਕੇ ਟੁਰਿਆ ਉਸ ਕੰਡ ਹੀ ਨਾ ਕੀਤੀ ਦਿੱਠਾ ਹੀ ਨਾ ਉਹ ਆਪਣੀ ਮੰਜ਼ਲ ਦੇ ਟੁਰ ਪਿਆ ਸ਼ਾਹ ਮਰਦਾਂ ਘਰ ਆ ਗਏ ਬਲਕਿ ਇਹਨਾਂ ਅੱਖਾਂ ਵਿਲਾਇਤ ਦਾ ਕਦਮ ਦਰਵਾਜ਼ੇ ਤੋਂ ਅੰਦਰ ਆਇਆ ਤਤਹੀਰ ਆਪਣੇ ਮਕਾਮ ਤੋਂ ਬੁਲੰਦ ਆਂਦਾ ਡਿੱਠਾ ਬੀਬੀ ਆਦੀ ਹਸਨੈਨ ਦਾ ਬਾਬਾ ਏਹਸਾਨ ਕਨੀਜ਼ ਤੇ ਲਾਏ ਨੀ ਮੌਸਮ ਨਾਈ ਅਨਾਰਾਂ ਦੀ ਲਾਜਪਾਲ ਇਜਾਜ਼ ਵਿਖਾ ਬੀਬੀਆਂ ਦੇ ਕੰਮ ਦੇ ਵਿੱਚ ਮਸਰੂਫ ਹੋਵੇ ਹੱਥ ਨੌਕਰ ਦੇ ਭਿਜਵੈ ਨੀ ਅਨਾਰ ਨਹੀਂ ਹੈ ਦੁਨੀਆਂ ਦੇ ਫਿਰਦੌਸ ਵਿੱਚੋਂ ਮੰਗਵੈ
بس بھائی اتنا لمبا فضائل کیتا ہے صرف تھوڑا تھوڑا جہا ماحول بدلن کا زمین تے اللہ نے کوئی 3-4% اللہ نے زمین بنائی ہے باقی سارا پانی بنایا جڑی زمین بنائی ہے زمین دے اتنے دریا بنائے آبشارے بنائے نہراں وغیرہ کتنا پانی ہے زمین تے زمین پانی دے اتے پانی زمین دے اتے مڑ بارش دے ذریعے پانی اتنا وافر بناون دی ایک اللہ دی ضرورت آئی جو میری ہر مخلوق نو پانی دی ضرورت ہے یہ دی کمی تو کوئی نہ مرے یہ کوئی ناک ہے جو اللہ نے ناقص تخلیق کیتی ہے اتنی جو مخلوق آئی پانی تو وافر بنایا اللہ اتنا واضح پانی بنایا ہے ہر کوئی پی کے مرد آئے بندے مردے نو پی ویندے ایک حسین نے جڑا ساری دیوار منگدا منگدا مری اگر تیرا مزاج نو سی میں چھوڑ دے سا میں نو زور لاون دا ول نہیں آندا نہ جڑی حقیقت ہے پیغام دے منا زاکری پیغام ہے کہ زور دا نا نہیں زاکری خود پیغام ہے ذکر چ قوت ہوئے بندے جڑے سینے دا زور لیندے نہیں کوئی ذکر نہیں ذکر کلام ہے ذکر چ اپنی ہی قوت ہے کدی ویکھی دیگر ہوندی ونجے نا جنہ کبوتر رکھے انہوں نے تو پوچھو دیگر نال سڈ سڈ کے ڈھکیں دن میں ایک بندے نے آخیا ہے پکھی ہے اللہ انہوں نے پر دیتے تو دیگر نال بند کیوں کرے نا وہ تو کہ جویں جویں شام ہوئے نا انہوں نے گھر نہیں لبدا میں بت ان پکھیاں دی قسمت نو رننا جتھے جتھے کہن اندھیرا ہو جا دی زندگی مک گئی تو تھک سے میں چھوڑ دے سا میں پھر پیا دا بناوٹ نہیں اگر 4-17 ہی سمجھ آ گئیاں اور رومن واسطے اتنی ہی کافی ہیں تو مدینہ کہیں نوانا ہے جتے حسین وسط ہوئے آج کل مدینہ ون ویک امت وسط دیئے سید نہیں لبدے حج کرن گیا کر روزے نو ہتھ کر کے انج سلام کر کے کہ اگر سلام ہوئے میرا اس مظلوم تے جدی رسالت دے صدقے نوکر تا وس پین تے دی قبر ہی نہیں لبدی میں جلدی چھوڑ دے ساں جے تیرا مزاج نرل سی یہ میں دعوے کدی نہیں کیتے میں حقیقت کھلانا آل محمد دے دکھ کٹھے کرو ایک علی دی دھی دا نا بن دے دکھ نہیں نظر آمدا جس سے آلیہ دا ذکر نہ ہوئے اور دکھ دا ایک معیار دسنا چاہنا جدا وطن دے ولیے ماں دی قبر تے آدی آئی اماں اماں میں ہن معلوم ہوندا ہے تو مدھرو امیر ہے بچڑا کیویں امیر ہاں اماں تینو جو دشمنا مارے ہے تیرے بخت آئے جو تیرے جنازے دا اعلان ہی کہے نہیں کیتا اما تو مرن تو بعد لک گئی میں ایڈی غریب ہاں میں جیندیاں منہ پہلو میرے نا دا بازار چ اعلان ہوندا ہی جائیں علی دیاں دھیاں تو بدلے لینے نو بازار آ ونجاں بغیر چادر دے ٹردی بدلے بھائی علی رضا سوال ہے انہاں نو کیڑا مصائب سنائی وے تو مانگ نہ دنیا تے اللہ ایک تینو دھی ہو جائی دے وے جن لوگ بازار چ پتھر مارن میں تیری اوقات وے کھاں تیرے ہاتھ بدھے ہو جو من توکا نال تے 4 سالاں دی دھی نو بہن نو تیرے وے دیاں کوئی تماچے مارے تے بس او بازار چ لک دی ودی ہو وے تے اون لکن دی جان نہ ملے مڑ میں تیرا سینہ پاڑ کے وے کھاں اے تے جگر نال گزرتی کیویں پئی اے 36 سال 40 سال ویڑے چ بہ کے ہکو نا چاہ تے روندا اے ہائے شان کوئی گھنٹا گھنٹا
ਦਾ ਮਜ਼ਮੂਨ ਪੜਦਾ ਹੀ ਤੇਰਾ ਚੌਥਾ ਹੀ ਵਾ ਬਿਸਮਿਲ੍ਲਾ ਮੈਂ ਜ਼ਾਕਰੀ ਦੀ ਦੁਨੀਆ ਚ ਮੌਤ ਮੰਗਣਾ ਜਿਸ ਮਜਲਿਸ ਚ ਮੈਂ ਜੁਮਲਾ ਵੱਖਰਾ ਨਾ ਆਖਾਂ ਬਨਾਵਟ ਨਹੀਂ ਜੁਮਲਾ ਵੱਖਰਾ ਨਾ ਵਾ ਮੈਂ ਮੌਤ ਮੰਗਣਾ ਮੈਨੂੰ ਲੱਗਦਾ ਇੱਥੇ ਕਰਬਲਾ ਵਾਲਿਆਂ ਦੀ ਕਬਰ ਕੋਈ ਨਹੀਂ ਮੈਂ ਕੋਈ ਆਪ ਵਧਾ ਵਸਣਾ ਤੁਸੀਂ ਰੱਬ ਨੂੰ ਵੇਖੋ ਰਸੂਲ ਤੋਂ ਪਹਿਲੋਂ ਅਲੀ ਰਜ਼ਾ ਬੰਦੇ ਧੀ ਜੰਮਦੀ ਦਫਨਾ ਛੁੜੇਂਦੇ ਹਨ ਬੰਦੇ ਪਲਦੀ ਪਲਦੀ ਧੀ ਦਫਨਾ ਛੁੜੇਂਦੇ ਹਨ ਬੰਦੇ ਧੀਆਂ ਜਵਾਨ ਹੁੰਦੀਆਂ ਮਾਰ ਕੇ ਦਫਨਾ ਛੁੜੇਂਦੇ ਹਨ ਇਹ ਕੀ ਹੋਇਆ ਅਰਬ ਨੂੰ ਅਚਾਨਕ ਪਹਿਲੀ ਧੀ ਆਈ ਮੁਹੰਮਦ ਦੀ ਉਸ ਕੋ ਏਡਾ ਪਰਦਾ ਕੀਤਾ ਵਚ ਦੂਈ ਧੀ ਆਈ ਅਲੀ ਦੀ ਉਸ ਕੋ ਏਡਾ ਪਰਦਾ ਕੀਤਾ ਹੈ ਇੰਨਾ ਏਡੇ ਪਰਦੇ ਬਣਾਏ ਜੋ ਅਰਬ ਦੇ ਲੋਕਾਂ ਨੂੰ ਧੀਆਂ ਦੇ ਪਿਆਰ ਦੀ ਸਮਝ ਆ ਗਈ ਬਸ ਜਗਣ ਦੀਆਂ ਇੰਨਾ ਅੰਦਰ ਬਹਿ ਕੇ ਦੱਸਿਆ ਧੀ ਕਈ ਨੂੰ ਆਦੇ ਜਿੰਨਾ ਸੁਣਿਆ ਉਹਨਾਂ ਆਪਣੀਆਂ ਅੰਦਰ ਚਬਹਾਈਆਂ ਜਿੰਨਾ ਬੁਰਖਾ ਦੱਸਿਆ ਉਹ ਅਜਾ ਕਬਰਾਂ ਜਾਦੀਆਂ ਨਾ ਬਸ ਮੇਰੀ ਚਾਦਰ ਕੋਈ ਨਾ ਬਦਮਾਸ਼ਾਂ ਦੀਆਂ ਧੀਆਂ ਅੰਦਰ ਬਹਿ ਰਹੀਆਂ ਪਰਦੇਦਾਰ ਬਤੂਲ ਦੀ ਧੀ ਆਦੀ ਆਈ ਅੰਮਾ ਮੈਨੂੰ ਬਾਜ਼ਾਰਾਂ ਚ ਮਾਰਿਆ ਨੇ ਨਹੀਂ ਰਵਣਾ ਦਾ ਬਸ ਇਹੋ ਕੁਝ ਬਣਦਾ ਮੰਨਤ ਮੰਨ ਕੇ ਆਇਆ ਤੂੰ ਕਈ ਨੂੰ ਵੱਡੀ ਮਜਲਿਸ ਸਨ ਮੈਂ ਆਨਾ ਵੱਡੀ ਮਜਲਿਸ ਬੰਦੇ ਕਾਣੂ ਆਉਂਦੀ ਏ ਜਿਸ ਵਿੱਚ ਬੰਦਾ ਆਪ ਰੱਜ ਕੇ ਰੋਵੇ ਮੈਂ ਉਸੇ ਨੂੰ ਵੱਡੀ ਮਜਲਿਸ ਆਨਾ ਜਿਸ ਵਿੱਚ ਮੈਂ ਆਪ ਰੋਵਾਂ ਤੇਰੇ ਢੇਰ ਰੋਵਣ ਤੇ ਕਦੀ ਮੁਤਮੈਨ ਨਹੀਂ ਹੋਇਆ ਮੈਂ ਸੁਣਦਾ ਬੈਠਾ ਮੱਥਰ ਵਾਲਾ ਮਿੰਬਰ ਤੇ ਖਲਾ ਦਈ ਮੈਂ ਆਖਿਆ ਇੱਕ ਟਾਈਮ ਆਈ ਜਿਹੜੀ ਦੀਵਾਰ ਭਿਰਾ ਮਨਨ ਨਾ ਬਹਿਣਾ ਉਸੇ ਦੇ ਕਫਨ ਨਹੀਂ ਮੰਗਦੀਆਂ ਰਾਤੀ ਜਾਗ ਜਾਗ ਕੇ ਰੁਨੀਆਂ ਜਿਲੇ ਦੇ ਚੜਿਆ ਉਸ ਲਈ ਇੱਕ ਦੂਏ ਨੂੰ ਵਿਖੇ ਉਹਨੇ ਤੇ ਸੱਜਣਾ ਨੂੰ ਆਖੇ ਉਹਨੇ ਕੋਈ ਕਫਨ ਲਾਇਆ ਹੈ ਦੀ ਧੀ ਨੂੰ ਜਿਲੇ 72 ਕਫਨ ਦੀ ਲੋੜ ਆਈ ਉਸੇ ਟਾਈਮ 120 ਬੁਰਕਾ ਯਾਦ ਆਇਆ ਰਾਜਰਨੀਆ ਸੈਣੀ ਨਾਨਕੀ ਨਗਰੀ ਛੁੜੇ ਬਸ ਬਾਈ ਛੁੜੇ ਦਾ ਪਿਆ ਦੋ ਤੋਂ ਚਾਰ ਮਿੰਟ ਵਸਦੀ ਦੁਨੀਆ ਜਦਾਂ ਧੀ ਬੁਰਕਾ ਮੰਗੀ ਸੋਚਿਆ ਕਰ ਇਹਨੂੰ ਬੁਰਕਾ ਕਹਿ ਦੱਸਿਆ ਜਦਣ ਤੇਰੀ ਬਿਰਾਦਰੀ ਤੂੰ ਓਹਲਾ ਕਰੇ ਸੋਚਿਆ ਕਰ ਇਹਨੂੰ ਕਹਿ ਦੱਸਿਆ ਮੈਂ ਮੂੰਹ ਲੁਕਾਵਣਾ ਜਿਹੜੀਆਂ ਬਾਜ਼ਾਰ ਚ ਮੂੰਹ ਲੁਕਾਈਂਦੀਆਂ ਦੀਵਾਰਾਂ ਤੇ ਮੱਥਾ ਰੱਖਦੀਆਂ ਆਦੀਆਂ ਅਨਾਜ ਬੁਰਕਾ ਹੋਇਆ ਮੈਨੂੰ ਬੁਰਕੇ ਦੀ ਲੋੜ ਬੁਰਕਾ ਦੇ ਕੇ ਉਹਨਾਂ ਨੂੰ ਯਾਦ ਕੀਤਾ ਕਰ ਹਵੇਲੀ ਬਣਾ ਕੇ ਆਖਿਆ ਕਰ ਮੇਰੀ ਹਵੇਲੀ ਚ ਵਧੀਏ ਤੇਰੀ ਮੰਗਦੀ ਪਈ ਸਮਝਣ ਦੀ ਕੋਸ਼ਿਸ਼ ਕਰੀਏ ਸਾਨੂੰ ਤਾਂ ਨਮਾਜ਼ ਬੱਚਾ ਮਿਣ ਗਿਆ ਮੈਂ ਤੇਰੇ ਨਾਲ ਰਲ ਕੇ ਆਨਾ ਨਮਾਜ਼ ਬੱਚਾ ਮਿਣ ਗਿਆ ਪੁੱਤਰਾਂ ਦਾ ਵਾਸਤਾ ਹੀ ਜੇ ਨਮਾਜ਼ ਬੱਚਾ ਮਿਣ ਗਿਆ ਹੈ ਤਾਂ ਦੀਗਰ ਕਰਬਲਾ ਕਾਤਲਾਂ ਬਾ ਜਮਾਤ ਕਿਉਂ ਪੜੀਏ
ਓਏ ਮੁਸਲਮਾਨ ਤੈਨੂੰ ਇੱਕ ਕੰਮ ਕਾਤਲਾ ਚੰਗਾ ਕੀਤਾ ਯਾਦ ਆਇਨ ਕਿਵੇਂ ਪੜੀਏ ਸਾਡੇ ਉੱਤੇ ਹੁਸੈਨ ਦਾ ਲਹੂ ਲੱਗਾ ਇੱਕ ਬੈਨੂ ਆਦਿਆਨ ਨਮਾਜ਼ ਪੜ ਲਓ ਹੁਸੈਨ ਦਾ ਖੂਨ ਪਾ ਕੇ ਮਾਤਮ ਕਰ ਤੇਰੇ ਮਜ਼ਹਬ ਵਿੱਚ ਮਾਤਮ ਜਿਹੜੇ ਤੈਨੂੰ ਪਤਾ ਹੈ ਨਾ ਮੈਂ ਰੋਮਨ ਆਇਆ ਕਰਬਲਾ ਦੀ ਗਰਜਾਈ ਮਾਰਿਆ ਨੇ ਦੋ ਪਹਾੜ ਪਾਮਾਲ ਕੀਤਾ ਵੇ ਦੋ ਪਹਾੜ ਲੁੱਟੇਂਦੇ ਰਹੇ ਕਾਤਲਾਂ ਕੋਈ ਤੋਹਫੇ ਦਿੱਤੇ ਇੱਕ ਮਹੀਨੂੰ ਆਦੀਆਂ ਨੇ ਆਪ ਖੁੱਲੇ ਨੇ ਆਏ ਸਜਾਦ ਨਾ ਵੇਖੇ ਜਿਹੜੇ ਖੋਲੀਆਂ ਨੇ ਵਿੱਚੋਂ ਰੱਸੀਆਂ ਨਿਕਲੀਆਂ ਨੇ ਜਿਵੇਂ ਕਹਿ ਨੂੰ ਲੱਭਦੀ ਗਈ ਹੈ ਉਹ ਟੁਰਦੀ ਗਈ ਹੈ ਆਦੀਆਂ ਨੇ ਆਪ ਪਈ ਨੇ ਆਏ ਮਤ ਸਜਾ ਅੱਜ ਮਰ ਵੰਦੇ ਸਾਰਿਆਂ ਸਾਰਿਆਂ ਬੰਦਿਆਂ ਕਰ ਮੈਂ ਦੁਆ ਕਰੇ ਨੀਆ ਸਾਲਾ ਤੇਰੇ ਲਹਿ ਵਣ ਮਾਂ ਮੈਨੂੰ ਇੰਜ ਪਵਾ ਮੇਰੇ ਕਬਰ ਚੀ ਨਾ ਲਾਵੇ ਥੱਕਦਾ ਮੈਂ ਤੂੰ ਸੁਣ ਸੇ ਤਾਂ ਮੈਂ ਪੜ੍ਹੀ ਰੱਖਦਾ ਉੱਠ ਬਾਂਦਾ ਪਾਇਨ ਸ਼ਾਹ ਜਮਾਲ ਅਲੀ ਉਹ ਸਿਮਰਾ ਦਾ ਵਧਾ ਤੂੰ ਬਹਿਵਾਨ ਅਲੀ ਦੀ ਧੀ ਦਰਵੇ ਦੀ ਐ ਵੀ ਇਸ਼ਾਰਾ ਕਰਕੇ ਆਦੀ ਹੈ ਜੜ ਵੰਜ ਮੇਰਾ ਆਬਾਸ ਕੋਈ ਨਹੀਂ ਸਾਰੀਆਂ ਬੀਬੀਆਂ ਬਹਿ ਗਈਆਂ ਸ਼ਿਮਰ ਦੌੜਦਾ ਵਧਾ ਬਾਹਰੂ ਉੱਠਾ ਤੇ ਬਾਹਰੂ ਇਬਨ ਸਾਦ ਪੁੱਛਦਾ ਕਹਿ ਦੁਲੇ ਨਾ ਆਦਾ ਚੌਂ ਸਾਲਾਂ ਦੀ ਕਹਿ ਦੇਣ ਉਹਦਾ ਪਿਓ ਕੋਲ ਬੈਠੀ ਹੈ ਜੇ ਆਵੇ ਦਾਦੀ ਬੈਠੀ ਹੈ ਵੇ ਬਾਬਾ ਇਹ ਤੈਨੂੰ ਛੋੜੀ ਕਿਉਂ ਮੈਂ ਹਰਾਮੀ ਆਦਾ ਉੱਠੀ ਕਹਿ ਦੇਣ ਮਹਮਲ ਤੇ ਬਾਬਾ ਬੀਬੀ ਆਦੀ ਹੈ ਇਤਨੀਆਂ ਜੋ ਲਈ ਵਹਿੰਦਾ ਯਾਰੀ ਇਹ ਗੱਲ ਤੇ ਮੱਠੀ ਹੋ ਕੇ ਸੁਣ ਲਓ ਇਤਨੀਆਂ ਲਈ ਵਈ ਨਾ ਮੈਨੂੰ ਹਿੱਕਾ ਨੂੰ ਛੋੜੀ ਵਾਂਗ ਤੇਰੀਆਂ ਰੱਸੀਆਂ ਨਾ ਲਹਾ ਦਾ ਕਹਿ ਕਰ ਨਹੀਂ ਆਦੀ ਹੈ ਮੇਰਾ ਛੀਆ ਮਹੀਨੇ ਦਾ ਵੀਰਾ ਅੰਮਾ ਤੂੰ ਬਗੈਰ ਡਰਦਾ ਹੈ ਮੈਂ ਫਿਰਾ ਗੋਲ ਕੇ ਦਫ ਨਹੀਂ ਸਾਂ ਉਹਦੇ ਕੱਠੇ ਸਾਂ ਵੈਸਾਂ ਜੇਲੇ ਦਰਸੀ ਹੱਥ ਰੱਖ ਕੇ ਅਕਸਰ ਨਰੁਨਾ ਕਰ ਸਕੀਨਾ ਕੋਲ ਸ਼ਿਮਰਾ ਦਾ ਮੈਂ ਪੂਰਾ ਕਾਫਲਾ ਛੁੜਿਆ ਸਾਂ ਸਫੀਰ ਜ਼ਾਕਰੀ ਸਾਰਿਆਂ ਨੂੰ ਚੰਗੀ ਜੰਮਦੀ ਏ ਇਹੋ ਇੱਕ ਅਰਮਾਨ ਸੁਣ ਜਿਹੜਾ ਮਨ ਫਰੇ ਦੇ ਤੈਨੂੰ ਨਹੀਂ ਛੋੜਨਾ ਬੀਬੀਆਂ ਦੀ ਜਰਮ ਹਰਾਮੀਆਂ ਦਾ ਮੈਂ ਕੱਲ ਤੇਰਾ ਜ਼ਰਬਾ ਮਾਰੀਆਂ ਤੇਰੇ ਪਿਓ ਸਜਦੇ ਚ ਤਸਬੀ ਨਹੀਂ ਛੋੜੀ ਜੇਲੇ ਮੈਂ ਤੇਰਾ ਹੱਥ ਨਾਪ ਕੇ ਤਮਾਚਾ ਮਾਰਿਆ ਉਹਦੀ ਹਾਇ ਨਿਕਲ ਗਈ ਹੈ ਮੈਂ ਜਿੱਥੇ ਤੇਰਾ ਪਿਓ ਰੂਹਾਮਣਾ ਹੈ ਉਹ ਮੈਂ ਉਠਾਈ ਤੇਰੇ ਹੱਥ ਨਾਪ ਕੇ
ਰੰਗ ਚ ਮੈਂ ਨਜ਼ਰ ਆ ਹੁਸੈਨ ਨੂੰ ਤਕਲੀਫ ਕਹਿੰਦੀ ਹੈ ਉਹ ਇਤਨਾ ਅਕਬਰ ਤੇ ਨਹੀਂ ਤੜਫਿਆ ਜਿਤਨਾ ਤੇਰੇ ਤਮਾਚੇ ਤੇ ਕੰਬਿਆ ਹੈ ਛਤਰੀ ਸ਼ਹਿਰਾਂ ਚ ਤੈਨੂੰ ਮਾਰ ਗਿਆ ਅਕਸਰ ਸਾਡੇ ਗਾਜ਼ੀ ਨੂੰ ਆ ਤੇਰੀ ਧੀ ਛੁੜਾਵੇ ਮੈਂ ਕਰਵਟ ਬਦਲਤੀ ਥੀ ਤੋ ਦੁੱਖ ਜਾਤੇ ਥੇ ਕਾਨ ਜਬ ਤਲਕ ਜ਼ਿੰਦਾ ਰਹੀ ਸੋਨੇ ਸੇ ਘਬਰਾਤੀ ਜਿਤਨੀ ਦੁਆਏ ਜ਼ਿੰਮੇ ਹੈ ਮਾਰਾ।